ਸ਼ਹੀਦ ਕਰ ਦਿੱਤਾ ਗਿਆ। ਜਿਸ ਤਰ੍ਹਾਂ ਕਹਿੰਦੇ ਨੇ ਕਿ ਪਰਮਾਤਮਾ ਦੇ ਵੀ ਵੱਖ ਵੱਖ ਢੰਗ ਹੁੰਦੇ ਨੇ। ਇੰਨੀ ਭਾਰੀ ਦਹਿਸ਼ਤ ਤੋਂ ਬਾਅਦ, ਇੰਨੀ ਭਾਰੀ ਲੋਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਇੱਕ ਵਾਰ ਫੇਰ ਵਾਪਸ ਆਈਆਂ। ਪਰ ਜਿਸ ਤਰ੍ਹਾਂ ਕੱਲ ਸਾਹਿਬ ਬਲਕੌਰ ਸਿੰਘ ਹੁਣਾਂ ਦੀ ਲੇਟ ਰਾਤ ਇੱਕ ਵੀਡੀਓ ਆਈ, ਜਿਹਦੇ ਵਿੱਚ ਉਹਨਾਂ ਨੇ ਪੰਜਾਬ ਗਵਰਨਮੈਂਟ ਨੂੰ ਚੇਤਾਵਨੀ ਦਿੱਤੀ ਕਿ ਅਜੇ ਤੇ ਬੱਚਾ ਜਿਹੜਾ ਸਾਡਾ ਬਠਿੰਡੇ ਇੱਕ ਹਸਪੀਟਲ ਦੇ ਵਿੱਚ ਅਜੇ ਦਾਖਲ ਹੈ, ਅਜੇ ਉਹ ਘਰ ਵੀ ਨਹੀਂ ਅਜੇ ਪਿੰਡ ਸਾਡੇ ਗਿਆ, ਤੇ ਤੁਹਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜੀ ਹੈ, ਡਿਪਟੀ ਕਮਿਸ਼ਨਰ ਤੇ ਹੋਰਾਂ ਨੇ ਸਾਨੂੰ ਤੰਗ ਤੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਹ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਬੱਚੇ ਦਾ ਜਨਮ ਜਿਹੜਾ ਇਹ ਕਦੋਂ ਹੋਇਆ, ਇਹਦੇ ਤੌਰ ਤਰੀਕੇ ਕੀ ਸੀ, ਬਹੁਤ ਸਾਰੇ ਸਵਾਲ ਕੀਤੇ ਗਏ। ਮੈਂ ਇਹੀ ਗੱਲ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ। ਮੁੱਖ ਮੰਤਰੀ ਸਾਹਿਬ, ਸਾਰਾ ਪੰਜਾਬ ਇਸ ਗੱਲ ਵੱਲ ਧਿਆਨ ਕਰ ਰਿਹਾ ਸੀ ਕਿ ਸਿੱਧੂ ਮੂਸੇਵਾਲਾ ਸੁਰਗਵਾਸੀ ਉਹ ਤੁਹਾਡੀ ਹੀ ਜਿਹੜੀ ਇੱਕ ਫਟਰਨਿਟੀ ਹੈ ਆਰਟਿਸਟ ਦੀ, ਐਕਟਰਸ ਦੀ, ਸਿੰਗਰਸ ਦੀ, ਜਿਹਦੇ ਵਿੱਚੋਂ ਤੁਸੀਂ ਅੱਜ ਇਸ ਰੁਤਬੇ ਤੇ ਪਹੁੰਚੇ। ਤੁਹਾਡੀ ਫਟਰਨਿਟੀ ਦਾ ਇੱਕ ਬਹੁਤ ਇੰਪੋਰਟੈਂਟ ਮੈਂਬਰ ਸੀ, ਉਹਨਾਂ ਦੇ ਪਰਿਵਾਰ ਦੇ ਵਿੱਚ ਐਡੀ ਭਾਰੀ ਗਮੀ ਤੋਂ ਬਾਅਦ ਇੱਕ ਛੋਟਾ ਵੀਰ ਉਹਨਾਂ ਦਾ ਪੈਦਾ ਹੁੰਦਾ। ਸਾਰਿਆਂ ਨੂੰ ਆਸ ਉਮੀਦ ਸੀ ਕਿ ਚੀਫ ਮਿਨਿਸਟਰ ਪੰਜਾਬ ਇੱਕ ਵੱਡਾ ਦਿਲ ਵਿਖਾ ਕੇ, ਇੱਕ ਫਰਾਕ ਦਿਲੀ ਵਿਖਾ ਕੇ ਸਾਰਿਆਂ ਨੂੰ ਪਹਿਲੇ ਤੇ ਉਹਨਾਂ ਨੂੰ ਮੁਬਾਰਕਬਾਦ ਪੇਸ਼ ਕਰਨਗੇ। ਤੁਸੀਂ ਮੁਬਾਰਕਬਾਦ ਤੇ ਪੇਸ਼ ਨਹੀਂ ਕੀਤੀ, ਇੱਕ ਨੋਟਿਸ ਦੇ ਕੇ ਘੱਲ ਦਿੱਤਾ। ਤੇ ਅੱਜ ਸਵੇਰੇ ਸਾਰੇ ਪੰਜਾਬ ਨੂੰ ਇਹ ਪਤਾ ਲੱਗਾ ਕਿ ਸੈਂਟਰ ਨੇ ਤੁਹਾਨੂੰ ਚਿੱਠੀ ਲਿਖੀ, ਜਿਹੜਾ ਪ੍ਰਿੰਸੀਪਲ ਸੈਕਟਰੀ ਹੈ ਹੈਲਥ ਦਾ, ਉਹਨੇ ਪ੍ਰਿੰਸੀਪਲ ਸੈਕਟਰੀ ਪੰਜਾਬ ਨੂੰ ਲਿਖ ਕੇ ਕੋਈ ਕਾਇਦਾ ਤੇ ਕਾਨੂੰਨ ਕੋਰਟ ਕੀਤਾ ਕਿ ਜਿਹੜਾ ਬੱਚੇ ਦਾ ਜਨਮ ਹੋਇਆ, ਜਿਹੜੀ ਮੈਡੀਕਲ ਫੈਸਿਲਿਟੀ ਉਹਨੇ ਇਸਤੇਮਾਲ ਕੀਤੀ, ਜਿਹਨੂੰ IVF ਕਿਹਾ ਜਾਂਦਾ, ਉਹ ਕੱਲਾ ਔਰਤਾਂ ਜਿਨ੍ਹਾਂ ਦੀ ਉਮਰ 21 ਸਾਲ ਤੋਂ 50 ਸਾਲ ਤੱਕ ਹੈ, ਕੱਲਾ ਉਹੀ ਇਸ ਟੈਕਨੀਕ ਨੂੰ, IVF ਟੈਕਨੀਕ ਦਾ ਐਡਵਾਂਟੇਜ ਲੈ ਸਕਦੇ ਨੇ। ਸਾਰੋਂ ਪਹਿਲੇ ਤੇ ਮੈਂ ਭਗਵੰਤ ਮਾਨ ਜੀ ਤੁਹਾਨੂੰ ਤੇ ਸੈਂਟਰ ਦੀ ਭਾਜਪਾ ਦੀ ਸਰਕਾਰ ਨੂੰ ਵੀ ਪੁੱਛਣਾ ਚਾਹੁੰਦਾ। 140 ਕਰੋੜ ਦਾ ਮੁਲਕ, ਤਕਰੀਬਨ ਹਰ ਸਾਲ ਸਾਡੇ ਇੰਟਰਨੈਸ਼ਨਲ ਬਾਰਡਰਸ ਤੋਂ 5-4 ਲੱਖ ਆਦਮੀ ਵਿਦੇਸ਼ੀ ਸਾਡੇ ਦੇਸ਼ ਚ ਆਉਂਦਾ ਤੇ ਅਸੀਂ ਉਹਨੂੰ ਪਨਾਹ ਦਿੰਦੇ। ਸਾਡਾ ਇੱਕ ਬੱਚਾ ਨੌਜਵਾਨ ਪੈਦਾ ਹੋਇਆ, ਅਜੇ ਬੱਚਾ ਘਰ ਤੱਕ ਨਹੀਂ ਪਹੁੰਚਿਆ ਤੇ ਤੁਸੀਂ ਇਨਕੁਆਇਰੀ ਪਹਿਲੇ ਸ਼ੁਰੂ ਕਰ ਲਈ ਹੈ। ਦੂਸਰੀ ਗੱਲ, ਮੈਂ ਦੋਨੋਂ ਸੈਂਟਰ ਦੀ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦਾ, ਜੇ ਤੁਸੀਂ ਕੋਈ ਪੁੱਛਗਿੱਛ ਹੀ ਕਰਨੀ ਸੀ
ਉਹ 15 20 ਦਿਨ ਮਹੀਨਾ 2 ਮਹੀਨੇ ਇਹ ਪੁੱਛਗਿੱਛ ਵੀ ਸਾਹਿਬ ਬਲਕੌਰ ਸਿੰਘ ਤੇ ਉਹਨਾਂ ਦੀ ਵਾਈਫ ਕੋਲੋਂ ਨਹੀਂ ਕੀਤੀ ਜਾ ਸਕਦੀ। ਉਹ ਜਿਹੜਾ IVF ਸੈਂਟਰ ਹੈ ਉਹਨਾਂ ਨੂੰ ਪਤਾ ਹੁੰਦਾ ਕਿ ਕਾਇਦੇ ਤੇ ਕਾਨੂੰਨ ਕੀ ਨੇ, ਹੈਲਥ ਡਿਪਾਰਟਮੈਂਟ ਦੇ ਕੀ ਸਰਕੂਲਰਸ ਨੇ, ਕੀ ਗਵਰਨਮੈਂਟ ਆਫ ਇੰਡੀਆ ਦੇ ਕਾਇਦੇ ਕਾਨੂੰਨ ਨੇ। ਜਿਨ੍ਹਾਂ ਨੇ ਫੈਸਿਲਿਟੀ ਪ੍ਰੋਵਾਈਡ ਕੀਤੀ, ਇਹ ਸਵਾਲ ਉਹਨਾਂ ਨੂੰ ਤੇ ਹੋ ਸਕਦਾ। ਇੱਕ ਪਰਿਵਾਰ ਜਿਹੜਾ ਇੰਨੇ ਵੱਡੇ ਦੁਖਾਂਤ ਦੇ ਵਿੱਚੋਂ ਗੁਜ਼ਰ ਰਿਹਾ ਹੋਵੇ, ਤੁਸੀਂ ਉਹਨਾਂ ਨੂੰ ਸਵਾਲ ਕਰਕੇ, ਜਿਹੜੀ ਪੰਜਾਬ ਦੀਆਂ ਪੁਰਾਣੀਆਂ ਪਰੰਪਰਾਵਾਂ ਨੇ ਉਹਨਾਂ ਸਾਰੀਆਂ ਨੂੰ ਲਤਾੜਿਆ। ਮੈਂ ਆਪਣੀ ਪਾਰਟੀ ਵੱਲੋਂ ਅਤੇ ਆਪਣੇ ਵੱਲੋਂ ਤੇ ਸਮੁੱਚੀ ਪੰਜਾਬੀ ਦੁਨੀਆ ਭਰ ਚ ਰਹਿੰਦੇ ਹੋਏ ਪੰਜਾਬੀ ਜਗਤ ਵੱਲੋਂ, ਮਾਨ ਸਾਹਿਬ ਤੁਹਾਡਾ, ਤੁਹਾਡੀ ਇਨਸੈਂਸਿਟਿਵ ਗਵਰਨਮੈਂਟ ਦਾ ਤੇ ਗਵਰਨਮੈਂਟ ਆਫ ਇੰਡੀਆ ਦਾ ਤੇ ਅੱਗੇ ਹੀ ਸਾਡੇ ਪ੍ਰਤੀ ਇੱਕ ਬਹੁਤ ਹੀ ਇਨਸੈਂਸਿਟਿਵ ਰਵੱਈਆ ਹੈ। ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪੰਜਾਬ ਦੇ ਨਾਲ ਜਿਹੜੀ ਇਨਜਸਟਿਸ ਚੱਲ ਰਹੀ ਹੈ ਉਹਨਾਂ ਵਿੱਚ ਇੱਕ ਹੋਰ ਕੜੀ ਜੋੜ ਦਿੱਤੀ ਗਈ ਹੈ। ਤੇ ਮੈਨੂੰ ਅਫਸੋਸ ਨਾਲ ਮਾਨ ਸਾਹਿਬ ਕਹਿਣਾ ਪੈਂਦਾ ਕਿ ਉਸ ਹਰ ਕੜੀ ਦੇ ਵਿੱਚ ਜਿਹੜੀ ਹਿਊਮਨ ਰਾਈਟਸ ਦੀ ਵਾਇਲੇਸ਼ਨਸ ਗਵਰਨਮੈਂਟ ਆਫ ਇੰਡੀਆ ਕਰ ਰਹੀ ਹੈ ਉਹਦੇ ਤੁਸੀਂ ਬਕਾਇਦਾ ਤੌਰ ਉਹਨਾਂ ਦੇ ਪਿੱਠੂ ਬਣ ਕੇ ਜੋ ਜੋ ਗਵਰਨਮੈਂਟ ਆਫ ਇੰਡੀਆ ਕਹਿ ਰਹੀ ਹੈ ਬਜਾਏ ਆਪਣਾ ਦਿਮਾਗ ਤੇ ਦਿਲ ਇਸਤੇਮਾਲ ਕਰਨ ਦੇ, ਤੁਸੀਂ ਜੋ ਜੋ ਤੁਹਾਨੂੰ ਕਹਿ ਰਹੇ ਨੇ ਉਹੀ ਉਹੀ ਤੁਸੀਂ ਚੀਜ਼ਾਂ ਕਰ ਰਹੇ ਹੋ ਤੇ ਅਸੀਂ ਇਸ ਗੱਲ ਨੂੰ ਕੰਡੈਮ ਕਰਨੇ। ਇਹਦੇ ਨਾਲ ਨਾਲ ਇੱਕ ਹੋਰ ਮੈਟਰ ਬੜਾ ਸੀਰੀਅਸ ਹੈ। ਅੱਜ ਹੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਬਹੁਤ ਵੱਡੀ ਟ੍ਰੈਜਡੀ ਹੋਈ ਹੈ, ਜਿਹੜੀ ਇਲੀਗਲ ਸ਼ਰਾਬ ਹੈ ਉਹਦੇ ਨਾਲ 4 ਮੌਤਾਂ ਸਾਡੇ ਪੰਜਾਬੀ ਵੀਰਾਂ ਦੀਆਂ ਹੋਈਆਂ ਨੇ। ਵਿਸ਼ੇਸ਼ ਤੌਰ ਇਹਦੇ ਨਾਲ ਸਾਰਿਆਂ ਨੂੰ ਅਫਸੋਸ ਨਾਲ ਗੱਲ ਇਹ ਹੈ ਕਿ ਹਲਕਾ ਦਿੜਬ ਹੈ, ਜਿਸ ਹਲਕੇ ਨੂੰ ਰਿਪ੍ਰੈਜੈਂਟ ਪੰਜਾਬ ਦੇ ਫਾਈਨੈਂਸ ਐਕਸਾਈਜ਼ ਤੇ ਫਾਈਨੈਂਸ ਮਿਨਿਸਟਰ ਜਿਹੜੇ ਨੇ ਸਾਹ ਹਰਪਾਲ ਸਿੰਘ ਚੀਮਾ ਜੀ ਕਰਦੇ, ਉਹਨਾਂ ਦੇ ਆਪਣੇ ਜੱਦੀ ਹਲਕੇ ਜਿਹਨੂੰ ਰਿਪ੍ਰੈਜੈਂਟ ਕਰਦੇ ਉਹਦੇ ਵਿੱਚ ਇਲਿਸਿਟ ਸ਼ਰਾਬ ਦਾ ਕਾਰੋਬਾਰ ਹੋਣਾ, 4 ਮੌਤਾਂ ਹੋਣੀਆਂ। ਮੈਂ ਅੱਜ ਸਾਹ ਹਰਪਾਲ ਸਿੰਘ ਚੀਮਾ ਜੀ ਨੂੰ ਕਹੂੰਗਾ, ਚੀਮਾ ਸਾਹਿਬ ਅਸੈਂਬਲੀ ਵਿੱਚ ਵੀ ਬਜਟ ਤੇ ਬੋਲਦੇ, ਮੈਂ ਇਹ ਐਲੀਗੇਸ਼ਨ ਲਾਇਆ ਸੀ ਤੇ ਮੈਂ ਫੇਰ ਉਹਨੂੰ ਦੁਹਰਾਉਣਾ ਚਾਹੁੰਦਾ, ਵੱਡੇ ਪੈਮਾਨੇ ਤੇ ਇਲੀਗਲ ਸ਼ਰਾਬ ਪੰਜਾਬ ਦੇ ਵਿੱਚ ਨਿਕਲ ਰਹੀ ਹੈ। ਤੁਹਾਡੇ ਐਕਸਾਈਜ਼ ਦੇ ਮਹਿਕਮੇ ਨੂੰ, ਤੁਹਾਡੀ ਸਰਕਾਰ ਨੂੰ ਬਕਾਇਦਾ ਤੌਰ ਪਤਾ। ਇਹਦੇ ਨਾਲ ਨਾਲ ਜਿਹੜੇ ਰੈਗੂਲਰ ਤੁਹਾਡੇ ਸ਼ਰਾਬ ਦਾ ਕਾਰੋਬਾਰ ਵੀ ਹੈ ਉਹਦੇ ਵਿੱਚ ਵੀ ਬਹੁਤ ਵੱਡੇ ਪੈਮਾਨੇ ਤੇ ਸਾਨੂੰ ਸ਼ਿਕਾਇਤ ਹੈ ਕਿ ਇਸ ਕਿਸਮ ਦੀ ਸ਼ਰਾਬ ਜਿਹੜੀ ਸਹੀ ਮਾਇਨੇ ਦੇ ਵਿੱਚ ਡਾਇਰੈਕਟਲੀ ਡਿਸਟਿਲਰੀਜ਼ ਤੋਂ ਨਹੀਂ ਬਣਦੀ, ਲੋਕਲਾਈਜ਼ਡ ਸ਼ਰਾਬ ਬਣਦੀ ਹੈ ਜਿਹਦੇ ਵਿੱਚ ਕਰੋੜਾਂ ਰੁਪਿਆਂ ਦਾ ਇਲੀਗਲ ਵਪਾਰ ਹੈ। ਉਹ ਬਕਾਇਦਾ ਤੌਰ ਤੁਹਾਡੇ ਮਹਿਕਮੇ ਚੱਲਦਾ, ਤੁਹਾਡੇ
ਐਕਸਾਈਜ਼ ਡਿਪਾਰਟਮੈਂਟ ਦੀ ਦੇਖ ਰੇਖ ਥੱਲੇ ਚੱਲ ਰਹੇ। ਸ਼ਾਹ ਹਰਪਾਲ ਸਿੰਘ ਚੀਮਾ ਜੀ, ਕੋਈ ਹੋਰ ਮਿਨਿਸਟਰ ਤੁਹਾਡੀ ਜਗ੍ਹਾ ਹੁੰਦਾ, ਐਡੀ ਵੱਡੀ ਟ੍ਰੈਜਡੀ ਤੁਹਾਡੇ ਆਪਣੇ ਹਲਕੇ ਚ ਹੁੰਦੀ, ਮਹਿਕਮਾ ਤੁਹਾਡਾ ਆਪਣਾ, ਤੁਸੀਂ ਜ਼ਿੰਮੇਵਾਰ ਮਹਿਕਮੇ ਦੇ ਹੁੰਦੀ, ਉਹਨੇ ਉਸੇ ਟਾਈਮ ਅਸਤੀਫਾ ਦੇ ਕੇ ਪਾਸੇ ਹੋ ਜਾਣਾ ਸੀ। ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਦਾ, ਚੀਮਾ ਸਾਹਿਬ, ਕੀ ਇਸ ਟ੍ਰੈਜਡੀ ਦੀ ਤੁਸੀਂ ਖੁਦ ਜ਼ਿੰਮੇਵਾਰੀ ਲਓਗੇ? ਨਮਸਕਾਰ। ਦੁਨੀਆ ਦੀ ਬਿਹਤਰੀਨ ਕੈਥ ਲੈਬ ਵਾਈਟ ਮੈਡੀਕਲ ਕਾਲਜ ਐਂਡ ਹਾਸਪਿਟਲ ਬੁੰਗ ਚ ਅਸਟੈਬਲਿਸ਼ ਹੋ ਗਈ ਹੈ। ਸਿੱਧਾ ਵਾਈਟ ਮੈਡੀਕਲ ਕਾਲਜ ਆਓ, ਇਲਾਜ ਕਰਾਓ। ਸਲਾਹ ਰਿਹਾ ਤੁਹਾਡਾ ਭਰਾ ਤੁਹਾਡੇ ਦੁੱਖ ਸੁੱਖ ਚ ਹਾਜ਼ਰ ਹੈ। ਧੰਨਵਾਦ।